ਸੱਚ ਰਿਕਾਲ ਟੂ ਸੀ ਪੀ ਐਨ ਸੀ ਆ ਦੇਖ ਰਹੇ ਹੋ ਖਬਰਾਂ ਦੇ ਅੱਜ ਦੇ ਬੁਲਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਾਲ 2023 ਦੌਰਾਨ ਜੰਗਲਾਂ ਨੂੰ ਲੱਗੀ ਅੱਗ ਦੇ ਕਰਕੇ ਰਿਕਾਰਡ ਤੋੜ ਨੁਕਸਾਨ ਹੋਇਆ ਹੈ ਅਧਿਕਾਰਤ ਤੌਰ ਦੇ ਉਤੇ ਅੰਕੜੇ ਸਾਂਝੇ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁੱਲ 2217 ਥਾਵਾਂ ਦੇ ਉੱਤੇ ਜੰਗਲਾਂ ਨੂੰ ਅੱਗ ਲੱਗੀ ਇਸੇ ਸਾਲ ਜਿਸ ਦੇ ਨਾਲ 26000 ਸਕੁਅਰ ਕਿਲੋਮੀਟਰ ਦੇ ਖੇਤਰ ਦੇ ਵਿੱਚ ਦਰਖਤ ਕਾ ਤੇ ਝਾੜੀਆਂ ਸੜ ਕੇ ਸੁਆਹ ਹੋਈਆਂ ਜਿਸ ਦੇ ਵਿੱਚ ਕਈ ਪ੍ਰਾਪਰਟੀਆਂ ਵੀ ਸ਼ਾਮਲ ਸਨ ਲੱਖਾਂ ਦੀ ਗਿਣਤੀ ਵਿੱਚ ਜਾਨਵਰਾਂ ਦਾ ਵੀ ਨੁਕਸਾਨ ਹੋਇਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਹ ਸਭ ਤੋਂ ਖਰਾਬ ਸੀਜ਼ਨ ਦੱਸਿਆ ਗਿਆ ਹੁਣ ਤੱਕ ਦਾ ਜਿਸ ਤੋਂ ਪਹਿਲਾਂ ਸਾਲ 2018 ਵਿੱਚ 13540 ਸਕੁਅਰ ਕਿਲੋਮੀਟਰ ਦਾ ਖੇਤਰ ਸੜਿਆ ਸੀ ਅੱਗ ਦੇ ਕਰਕੇ ਜੰਗਲਾਂ ਦੇ ਵਿੱਚ ਇਸ ਸਾਲ ਅੱਗਾਂ ਦੇ ਉੱਤੇ ਕਾਬੂ ਪਾਉਣ ਦੇ ਲਈ ਕੀਤੇ ਜਾ ਰਹੇ ਕੰਮ ਦੌਰਾਨ ਹੁਣ ਤੱਕ 770 ਮਿਲੀਅਨ ਡਾਲਰ ਤੱਕ ਦਾ ਖਰਚਾ ਆ ਚੁੱਕਿਆ ਹੈ ਵੀਰਵਾਰ ਨੂੰ BC ਸਰਕਾਰ ਨੇ ਕਿਹਾ ਕਿ ਜਿੰਨਾ ਅੰਦਾਜ਼ਾ ਲਾਇਆ ਗਿਆ ਸੀ ਉਸ ਤੋਂ ਕਿਤੇ ਜ਼ਿਆਦਾ ਇਹ ਜਿਨ੍ਹਾਂ ਕਿਹਾ ਕਿ ਸਾਲ 2023 ਤੇ 24 ਦੇ ਵਿੱਤੀ ਵਰੇ ਦੌਰਾਨ ਇਸ ਦੇ ਉੱਤੇ 968 ਮਿਲੀਅਨ ਡਾਲਰ ਤੱਕ ਦਾ ਖਰਚਾ ਆ ਜਾਵੇਗਾ ਜੋ ਕਿ ਮੰਨਿਆ ਜਾ ਰਿਹਾ ਹੈ ਇਸ ਸਾਲ ਸਭ ਤੋਂ ਜ਼ਿਆਦਾ 71% ਅੱਗਾਂ ਲੱਗਣ ਪਿੱਛੇ ਬਿਜਲੀ ਡਿੱਗਣਾ ਕਾਰਨ ਦੱਸਿਆ ਗਿਆ ਤੇ 23% ਮਨੁੱਖੀ ਅਣਗਹਿਲੀ ਦੇ ਕਰਕੇ ਅੱਗਾਂ ਲੱਗਣ ਦੇ ਮਾਮਲੇ ਜੰਗਲਾਂ ਦੇ ਵਿੱਚ ਸਾਹਮਣੇ ਆਏ ਨੇ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ Netflix ਤੋਂ ਬਾਅਦ ਹੁਣ Disney ਨੇ ਵੀ ਐਲਾਨ ਕਰ ਦਿੱਤਾ ਹੈ ਕਿ ਕੈਨੇਡਾ ਦੇ ਵਿੱਚ ਨਵੰਬਰ 1 2023 ਤੋਂ ਪਾਸਵਰਡ ਸ਼ੇਅਰ ਨਹੀਂ ਕੀਤੇ ਜਾ ਸਕਣਗੇ ਜਿਸ ਸੰਬੰਧੀ ਕਦਮ ਚੁੱਕੇ ਜਾ ਰਹੇ ਨੇ ਸਿਰਫ ਉਹ ਹੀ ਪਾਸਵਰਡ ਸ਼ੇਅਰ ਕਰ ਸਕਦੇ ਨੇ ਜੋ ਇੱਕ ਘਰ ਦੇ ਵਿੱਚ ਰਹਿੰਦੇ ਹੋਣ ਕੈਨੇਡੀਅਨ ਸਬਸਕ੍ਰਾਈਬਰਸ ਨੂੰ Disney ਦੇ ਵੱਲੋਂ ਈਮੇਲਸ ਭੇਜੀਆਂ ਗਈਆਂ ਨੇ ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਸਬਸਕ੍ਰਾਈਬਰਸ ਨੂੰ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਕਿ ਪਾਲਿਸੀ ਬਦਲ ਦਿੱਤੀ ਜਾਵੇ ਉਹ ਆਪਣਾ ਪਲਾਨ ਬਦਲ ਸਕਦੇ ਨੇ Disney Plus ਤੋਂ ਪਹਿਲਾਂ Netflix ਵੀ ਇਹ ਇੱਕ ਉਦਮ ਚੁੱਕ ਚੁੱਕਿਆ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਨੈਟਫਲਿਕਸ ਦਾ ਪਾਸਵਰਡ ਘਰ ਤੋਂ ਬਾਹਰ ਵਾਲੀ ਕਿਸੇ ਡਿਵਾਈਸ ਤੇ ਉੱਤੇ ਸ਼ੇਅਰ ਹੁੰਦਾ ਹੈ ਤਾਂ ਹੋਰ 7 ਡਾਲਰ 99 ਸੈਂਟ ਦੇਣੇ ਪੈਂਦੇ ਨੇ ਹੋ ਸਕਦਾ ਡਿਜ਼ਨੀ ਪਲਸ ਵੱਲੋਂ ਵੀ ਕੁਝ ਅਜਿਹਾ ਹੀ ਕੀਤਾ ਜਾਵੇ ਪਰ ਫਿਲਹਾਲ ਚੇਤਾਵਨੀ ਦਿੰਦੇ ਹੋਏ ਜਾਣਕਾਰੀ ਹੀ ਸਾਂਝੀ ਕੀਤੀ ਗਈ ਹੈ ਕਿ ਉਹ ਬਣਦੇ ਕਦਮ ਚੁੱਕਣ ਜਾ ਰਹੇ ਨੇ ਨਵੰਬਰ 1 ਤੋਂ ਹੋਰ ਅਪਡੇਟ ਇਸ ਦੇ ਬਾਰੇ ਸਾਹਮਣੇ ਆਵੇਗੀ ਅਗਲੀ ਖਬਰ ਹੈ ਕਿ ਜੋ ਕੈਲਗਰੀ ਵਿੱਚ ਇੱਕ ਬੈਕਟੀਰੀਆ ਫੈਲਣ ਦੇ ਕਰਕੇ ਬੱਚਿਆਂ ਸਮੇਤ ਸੈਂਕੜੇ ਹੋਰਾਂ ਦੇ ਬਿਮਾਰ ਹੋਣ ਦੇ ਮਾਮਲੇ ਜੋ ਸਾਹਮਣੇ ਆਏ ਸੀ ਉਸ ਦੇ ਬਾਰੇ ਨਵੀਂ ਅਪਡੇਟ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਕੇਟਰਿੰਗ ਕੰਪਨੀ ਫਿਊਲਿੰਗ ਮਾਈਂਡਸ ਦੇ ਉੱਤੇ ਕੇਸ ਦਰਜ ਕਰ ਦਿੱਤਾ ਗਿਆ ਜੋ ਕੈਲਗਰੀ ਦੇ ਡੇ ਕੇਅਰਸ ਦੇ ਵਿੱਚ ਅਗਸਤ 29 ਦੇ ਦਿਨ ਲੰਚ ਦੇ ਵਿੱਚ ਭੋਜਨ ਪਹੁੰਚਾਇਆ ਗਿਆ ਉਸ ਵਿੱਚ ਈ ਕੋਲੀ ਬੈਕਟੀਰੀਆ ਪਾਇਆ ਗਿਆ ਜਾਂਚ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਕਿਹਾ ਕਿ ਮੀਟ ਤੇ ਵੀਗਲ ਲੋਫ ਦਿੱਤੇ ਗਏ ਜੋ ਉਹਨਾਂ ਦੇ ਵਿੱਚ ਬੈਕਟੀਰੀਆ ਸੀ ਜੋ ਕੇਅਰਸ ਦੇ ਲਈ ਸਾਂਝੀ ਰਸੋਈ ਵਰਤੀ ਜਾ ਰਹੀ ਸੀ ਬਿਨਾਂ ਸਹੀ ਲਾਇਸੈਂਸ ਤੋਂ ਤੇ ਰਸੋਈ ਦੇ ਵਿੱਚ ਗੰਦਗੀ ਕੌਕਰੋਚ ਇਹ ਸਭ ਪਾਏ ਗਏ ਸਨ ਜਦੋਂ ਅਧਿਕਾਰੀਆਂ ਨੇ ਜਾਂਚ ਕੀਤੀ ਜਿਸ ਤੋਂ ਬਾਅਦ ਅਲਬਰਟਾ ਚੀਫ ਮੈਡੀਕਲ ਆਫੀਸਰ ਦਾ ਦਾਅਵਾ ਹੈ ਕਿ ਸਖਤੀ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਜੋ ਸੈਂਕੜੇ ਬਿਮਾਰ ਹੋਏ ਨੇ ਉਹਨਾਂ ਦੇ ਵਿੱਚੋਂ 4 ਬੱਚੇ ਹਜੇ ਤੱਕ ਹਸਪਤਾਲ ਦੇ ਵਿੱਚ ਭਰਤੀ ਨਹੀਂ ਇਸ ਬੈਕਟੀਰੀਆ ਕਰਕੇ ਕੁਝ ਬੱਚਿਆਂ ਦੇ ਅੰਦਰ ਕੁਝ ਹੋਰ ਬੈਕਟੀਰੀਆ ਬਣ ਗਿਆ ਜਿਸ ਦਾ ਸਿੱਧਾ ਅਸਰ ਕਿਰਦनियां ਤੇ ਪੈਂਦਾ ਫਿਊਲਿੰਗ ਮਾਈਂਡ ਕੰਪਨੀ ਤੇ ਕੰਪਨੀ ਦੇ ਨਿਰਦੇਸ਼ਕ ਨੇ ਦੋ ਉਹਨਾਂ ਦੇ ਉੱਤੇ ਕੇਸ ਦਰਜ ਕੀਤੇ ਗਏ ਨੇ ਬਿਜ਼ਨਸ ਲਾਇਸੈਂਸ ਤੋਂ ਬਿਨਾਂ ਇਹ ਚਲਾਇਆ ਜਾ ਰਿਹਾ ਸੀ ਜਿਨ੍ਹਾਂ ਨੂੰ ਜੇਕਰ ਸਾਰੇ ਮਾਮਲਿਆਂ ਦੇ ਵਿੱਚ ਦੋਸ਼ੀ ਪਾਇਆ ਜਾਂਦਾ ਤਾਂ 120000 ਡਾਲਰ ਤੱਕ ਦਾ ਜੁਰਮਾਨਾ ਉਹਨਾਂ ਨੂੰ ਹੋ ਸਕਦਾ ਹੈ ਤਾਂ ਅਗਲੀ ਖਬਰ ਹੈ ਜੋ ਸਟੈਟਸ ਕੈਨੇਡਾ ਦੀ ਤਾਜ਼ਾ ਰਿਪੋਰਟ ਮੁਤਾਬਕ ਦੇਸ਼ ਦੇ ਵਿੱਚ ਆਬਾਦੀ ਤੇਜ਼ੀ ਨਾਲ ਵੱਧ ਰਹੀ ਹੈ ਜੁਲਾਈ 2022 ਤੇ 2023 ਦਰਮਿਆਨ ਕੈਨੇਡਾ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਦੇਸ਼ਾਂ ਦੇ ਵਿੱਚ ਸ਼ਾਮਲ ਰਿਹਾ ਹੈ ਇਹ ਦਾਵਾ ਕੀਤਾ ਗਿਆ ਹੈ ਜਿਸ ਤੇ ਲਈ ਪ੍ਰਵਾਸੀਆਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਹੈ ਜੂਨ 16 ਨੂੰ ਕੈਨੇਡਾ ਦੀ ਆਬਾਦੀ ਵਿੱਚ 4 ਕਰੋੜ ਤੋਂ ਵੀ ਪਾਰ ਦਾ ਵਾਅਦਾ ਹੋਇਆ ਹੈ 4 ਕਰੋੜ 97 ਹਜ਼ਾਰ 761 ਦਾ ਅੰਕੜਾ ਦੱਸਿਆ ਗਿਆ ਜੁਲਾਈ 1 ਤੱਕ ਜੋ ਕਿ 11,58,705 ਦਾ ਵਾਅਦਾ ਦੱਸਿਆ ਗਿਆ ਹੈ। ਯਾਨੀ ਕਿ ਜੁਲਾਈ 1 2022 ਤੋਂ ਇਸ ਸਾਲ ਦੇ ਸਮੇਂ ਤੱਕ 2.9 ਫੀਸਦੀ ਕੈਨੇਡਾ ਦੀ ਆਬਾਦੀ ਦੇ ਵਿੱਚ ਵਾਧਾ ਹੋਇਆ ਹੈ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ 20 ਵੱਡੇ ਦੇਸ਼ਾਂ ਦੇ ਵਿੱਚ ਕੈਨੇਡਾ ਸ਼ਾਮਲ ਹੈ ਇਹ ਦਾਵਾ ਵੀ ਅਧਿਕਾਰਤ ਤੌਰ ਦੇ ਉਤੇ ਕੀਤਾ ਗਿਆ ਹੈ ਨਵੇਂ ਜੰਮਣ ਵਾਲੇ ਬੱਚਿਆਂ ਦੀ ਤੁਲਨਾ ਮੁਤਾਬਕ 98 ਫੀਸਦੀ ਆਬਾਦੀ ਪ੍ਰਵਾਸੀਆਂ ਦੇ ਅਨੁਸਾਰ ਵਧੀ ਹੈ ਤੇ ਕੈਨੇਡਾ ਦੇ ਵਿੱਚ ਸਾਲ 2022 ਦੌਰਾਨ ਫਰਟੀਲਿਟੀ ਰੇਟ ਵੀ ਕਾਫੀ ਜ਼ਿਆਦਾ ਘਟ ਦਰਜ ਕੀਤਾ ਗਿਆ ਹੈ ਸਾਲ 2021 ਤੋਂ ਵੀ ਪਿਛਲੇ ਸਾਲ ਕੈਨੇਡਾ ਦੇ ਵਿੱਚ ਘੱਟ ਬੱਚਿਆਂ ਨੇ ਜਨਮ ਲਿਆਏ ਸਟੈਟਸ ਕੈਨੇਡਾ ਮੁਤਾਬਕ ਕੈਨੇਡਾ ਦੇ ਵਿੱਚ 21 ਲੱਖ ਤੋਂ ਵੱਧ ਲੋਕ ਉਹ ਰਹਿ ਰਹੇ ਨੇ ਜੋ ਕਿ ਹਜੇ ਪੀਆਰ ਨਹੀਂ ਨੇ ਯਾਨੀ ਕਿ ਨਾਨ ਪਰਮਨੈਂਟ ਰੈਜ਼ੀਡੈਂਟ ਨੇ ਤੇ ਇਹ ਗਿਣਤੀ ਵੀ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਵੱਧ ਹੋਈ ਹੈ ਇਸ ਤੋਂ ਅੰਜਿਕੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਜੋ ਉਸ ਮੁਤਾਬਕ ਹਰ ਸਾਲ ਕੈਨੇਡਾ ਦੇ ਵਿੱਚ ਜਿੰਨੀ ਵੱਡੀ ਗਿਣਤੀ 'ਚ ਲੋਕਾਂ ਨੂੰ ਪੱਕੇ ਕੀਤਾ ਜਾਣਾ ਕਿ ਕੈਨੇਡਾ ਨੂੰ ਹੋਰ ਜ਼ਿਆਦਾ ਆਬਾਦੀ ਦੀ ਲੋੜ ਹੈ ਉਸ ਤੇ ਟੀਚੇ ਦੇ ਬਾਰੇ ਜੋ ਦੱਸਿਆ ਗਿਆ ਇਸ ਸਾਲ 465000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਣਾ ਹੈ ਸਾਲ 2024 ਵਿੱਚ 485000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਣਾ ਹੈ ਤੇ ਸਾਲ 2025 ਵਿੱਚ 5 ਲੱਖ ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਣਾ ਹੈ ਅਗਲੀ ਖਬਰ ਹੈ ਜਿਨ੍ਹਾਂ ਦੇ ਕੋਲ ਹੁੰਡਾਈ ਤੇ ਕੀਆ ਦੀਆਂ ਗੱਡੀਆਂ ਨੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਜੋ ਇਹ ਵਾਹਨ ਨੇ ਉਹਨਾਂ ਦੇ ਉੱਤੇ ਰੀਕਾਲ ਜਾਰੀ ਹੋਇਆ ਹੈ ਦਰਅਸਲ 3.4 ਮਿਲੀਅਨ ਵਾਹਨ ਅਮਰੀਕਾ ਦੇ ਵਿੱਚ ਤੇ 3,26,942 ਵਾਹਨ ਕੈਨੇਡਾ ਦੇ ਵਿੱਚ ਹੁੰਡਾਈ ਤੇ ਕੀਆ ਦੇ ਨੇ ਜਿਸ ਤੇ ਬਾਰੇ ਦੱਸਿਆ ਗਿਆ ਹੈ ਕਿ ਉਹਨਾਂ ਦੇ ਜੋ ਮਾਲਕ ਨੇ ਗੱਡੀਆਂ ਦੇ ਉਹ ਆਪਣੀਆਂ ਗੱਡੀਆਂ ਨੂੰ ਘਰ ਤੋਂ ਬਾਹਰ ਹੀ ਪਾਰਕ ਕਰਨ ਜਿੱਥੇ ਕਿ ਅੱਗ ਲੱਗਣ ਦਾ ਖਤਰਾ ਕਿਉਂਕਿ ਉਸ ਗੱਡੀ ਦੇ ਵਿੱਚ ਹੋ ਸਕਦਾ ਹੈ ਜਿਸ ਕਰਕੇ ਉਸ ਨੂੰ ਦੂਰ ਹੀ ਪਾਰਕ ਕੀਤਾ ਜਾਵੇ ਤੇ ਉਸ ਗੱਡੀ ਨੂੰ ਨਾ ਚਲਾਇਆ ਜਾਵੇ ਜੋ ਇਹ ਰੀਕਾਲ ਹੈ ਉਸ ਤੇ ਵਿੱਚ ਕਈ ਤਰ੍ਹਾਂ ਦੀਆਂ ਕਾਰ ਤੇ ਯੂਐਸਯੂਵੀ ਮਾਡਲ ਦੀਆਂ ਗੱਡੀਆਂ ਨੇ ਜਿਸ ਦੇ ਵਿੱਚ ਸਾਲ 2010 ਤੇ 2019 ਦਰਮਿਆਨ ਦੇ ਕਈ ਮਾਡਲ ਸ਼ਾਮਲ ਨੇ ਜਿਸ ਦੇ ਵਿੱਚ ਹੁੰਡਾਈ ਦੀ ਸੈਂਟਾਫੀ ਐਸਯੂਵੀ ਤੇ ਕੀਆ ਦੀ ਸਪ੍ਰੈਂਟੋ ਐਸਯੂਵੀ ਵੀ ਸ਼ਾਮਲ ਹੈ ਜਿਨ੍ਹਾਂ ਨੂੰ ਰੀਕਾਲ ਜਾਰੀ ਹੋਇਆ ਹੈ ਜਿਸ ਤੇ ਲਈ ਜੋ ਡਾਕੂਮੈਂਟ ਪੋਸਟ ਕੀਤੇ ਗਏ ਨੇ ਉਸ ਦੇ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਨਾਲ ਹੀ ਜੋ ਅਧਿਕਾਰੀਆਂ ਨੇ ਪਾਇਆ ਕਿ ਐਂਟੀ-ਲੌਕ ਬ੍ਰੇਕ ਕੰਟਰੋਲ ਮੋਡਿਊਲ ਹੈ ਜੋ ਗੱਡੀਆਂ ਦਾ ਫਲੂਇਡ ਲੀਕ ਉਸ ਦੇ ਵਿੱਚੋਂ ਹੋ ਸਕਦਾ ਹੈ ਜਿਸ ਕਰਕੇ ਇਲੈਕਟ੍ਰੀਕਲ ਸ਼ਾਰਟ ਹੋ ਸਕਦਾ ਹੈ ਤੇ ਉਸ ਦੇ ਕਰਕੇ ਅੱਗ ਲੱਗ ਸਕਦੀ ਹੈ ਜੋ ਕਿ ਕਾਫੀ ਖਤਰਨਾਕ ਸਾਬਤ ਹੋ ਸਕਦਾ ਹੈ ਜਿਸ ਸਲੇ ਨਾ ਕੰਪਨੀਆਂ ਦੇ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਨਾ ਗੱਡੀਆਂ ਦੇ ਮਾਲਕਾਂ ਨੂੰ ਕਿ ਗੱਡੀਆਂ ਨੂੰ ਆਊਟਡੋਰਸ ਯਾਨੀ ਕਿ ਘਰਾਂ ਤੋਂ ਬਾਹਰ ਹੀ پارک ਕੀਤਾ ਜਾਵੇ ਤੇ ਇਹਨਾਂ ਤੋਂ ਦੂਰ ਰਿਹਾ ਜਾਵੇ ਜਦੋਂ ਤੱਕ ਇਹਨਾਂ ਦੀ ਮੁਰੰਮਤ ਨਹੀਂ ਹੋ ਜਾਂਦੀ ਜੋ ਡੀਲਰ ਨੇ ਇਹਨਾਂ ਗੱਡੀਆਂ ਦੀ ਮੁਰੰਮਤ ਮੁਫਤ ਵਿੱਚ ਕਰਨਗੇ ਐਂਟੀ-ਲੌਕ ਬ੍ਰੇਕ ਫਿਊਜ਼ ਨੂੰ ਮੁਫਤ ਵਿੱਚ ਬਦਲਿਆ ਜਾਵੇਗਾ ਕਿਆ ਦਾ ਕਹਿਣਾ ਹੈ ਕਿ ਜੋ ਨੋਟੀਫਿਕੇਸ਼ਨ ਹੈ ਉਹ ਗੱਡੀਆਂ ਦੇ ਮਾਲਕਾਂ ਨੂੰ 14 ਨਵੰਬਰ ਤੋਂ ਭੇਜਨੇ ਸ਼ੁਰੂ ਕਰ ਦਿੱਤੇ ਜਾਣਗੇ ਤੇ ਹੁੰਡਾਈ ਦੀਆਂ ਗੱਡੀਆਂ ਦੇ ਮਾਲਕਾਂ ਨੂੰ ਨਵੰਬਰ 21 ਤੋਂ ਨੋਟੀਫਿਕੇਸ਼ਨ ਭੇਜਨੇ ਸ਼ੁਰੂ ਕਰ ਦਿੱਤੇ ਜਾਣਗੇ ਜਿਸ ਤੋਂ ਬਾਅਦ ਗੱਡੀਆਂ ਦੇ ਹਿੱਸੇ ਪਾਰ ਵਾਰੋ-ਵਾਰੀ ਬਦਲੇ ਜਾ ਸਕਦੇ ਨੇ ਉਦੋਂ ਤੱਕ ਧਿਆਨ ਰੱਖਣ ਦੇ ਵਾਸਤੇ ਕਿਹਾ ਗਿਆ ਹੈ ਅਸਟ੍ਰੇਲੀਆ ਦੀ ਖਬਰ ਦੇ ਨਾਲ ਰੁਕ ਕਰਾਂਗੇ ਰਿਚਮਨ ਤੋਂ ਆਰਸੀਐਮਪੀ ਨੇ ਕਿਹਾ ਹੈ ਕਿ 2 ਮਹੀਨੇ ਤੋਂ ਇੱਕ ਨੌਜਵਾਨ ਲਾਪਤਾ ਹੈ ਜਿਸ ਨੂੰ ਲੱਭਣ ਵਾਸਤੇ ਮੁਰ ਤੋਂ ਸਹਿਯੋਗ ਲਈ ਅਪੀਲ ਕੀਤੀ ਗਈ ਹੈ 22 ਸਾਲ ਦਾ ਨੌਜਵਾਨ ਜੋ ਕਿ ਲਾਪਤਾ ਹੈ ਰਿਆਨ ਲਿਊ ਜੋ ਕਿ ਆਪਣੇ ਘਰ ਦੇ ਵਿੱਚੋਂ 8400 ਬਲਾਕ ਤੇ ਡੇਟਨ ਕੋਰਟ ਖੇਤਰ ਵਿੱਚੋਂ ਰਾਤ ਦੇ 8 ਵਜੇ ਦੇ ਨੇੜੇ ਜੁਲਾਈ 9 ਨੂੰ ਨਿਕਲਿਆ ਸੀ ਜਿਸ ਤੋਂ ਬਾਅਦ ਉਹ ਕਦੀ ਨਹੀਂ ਮੁੜਿਆ ਰਿਚਮੰਡ ਆਰਸੀਐਮਪੀ ਦਾ ਕਹਿਣਾ ਹੈ ਕਿ ਜੇਕਰ ਇਸ ਨੌਜਵਾਨ ਦੇ ਬਾਰੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਦੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ ਜਿਸ ਨੂੰ ਕਿ ਆਖਰੀ ਵਾਰ ਟੇਲਰ ਵੇ ਤੇ ਮੇਨ ਸਟਰੀਟ ਖੇਤਰ ਵਿੱਚ ਵੈਸਟ ਬੈਂਕੂਵਰ ਚ ਵੀ ਦੇਖਿਆ ਗਿਆ ਰਾਤ ਦੇ 10 ਵਜੇ ਉਸ ਤੋਂ ਬਾਅਦ ਉਸਨੂੰ ਕਿਸੇ ਨੇ ਨਹੀਂ ਦੇਖਿਆ ਜਿਸ ਤੇ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਇਸ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ 6042781212 ਦੇ ਉੱਤੇ ਫੋਨ ਕਰਕੇ ਪੁਲਿਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੇ ਵੱਲੋਂ ਇਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਅਗਲੀ ਖਬਰ ਕੋਲੋਨਾ ਤੋਂ ਹੈ ਜਿੱਥੇ ਕਿ ਇੱਕ ਰੈਸਟੋਰੈਂਟ ਦੇ ਬਾਹਰ ਤੋਂ ਲੱਕੜ ਦਾ ਬਣਿਆ ਇੱਕ ਪੁਤਲਾ ਚੋਰੀ ਹੋਇਆ ਬੀਅਰ ਦਾ ਇਹ ਪੁਤਲਾ ਸੀ 6 ਫੁੱਟ ਲੰਮਾ ਜਿਸ ਨੂੰ ਕਿ ਚੋਰੀ ਕਿਸੇ ਦੇ ਵੱਲੋਂ ਕਰ ਲਿਆ ਗਿਆ ਜਿਸ ਨੂੰ ਕਿ ਹੁਣ ਲੱਭਿਆ ਜਾ ਰਿਹਾ ਹੈ ਕੋਲੋਨਾ ਦਾ ਰੈਸਟੋਰੈਂਟ ਗ੍ਰਿਜ਼ਲੀ ਬੀਅਰ ਬਿਸਟਰੋ ਐਂਡ ਬਾਰ ਜਿਸ ਤੇ ਬਾਹਰ ਤੋਂ ਇਹ ਚੋਰੀ ਹੋਈ ਹੈ ਸਵੇਰ ਦੇ 8 ਵਜੇ ਦੇ ਨੇੜੇ ਅਗਸਤ 14 ਨੂੰ ਪੁਲਿਸ ਨੂੰ ਰਿਪੋਰਟ ਕੀਤਾ ਗਿਆ ਜਿੱਥੇ ਕਿ ਜਦੋਂ ਸਰਵੈਲੈਂਸ ਫੁਟੇਜ ਵੀ ਦੇਖੀ ਗਈ ਹੈ ਤਾਂ ਦੇਖਿਆ ਗਿਆ ਕਿ ਤਿੰਨ ਸ਼ੱਕੀ ਵਿਅਕਤੀ ਇੱਕ ਸਫੇਦ ਰੰਗ ਦੇ ਪਿਕਅਪ ਟਰੱਕ ਦੇ ਵਿੱਚ ਇਸ ਬੀਅਰ ਦੇ ਪੁਤਲੇ ਨੂੰ ਲੈ ਕੇ ਫਰਾਰ ਹੋਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸੇ ਗੱਡੀ ਦੇ ਵਿੱਚ ਪਹਿਲਾਂ ਵੀ ਸ਼ੱਕੀ ਆਏ ਸਨ ਪਹਿਲਾਂ ਵੀ ਇਸ ਪੁਤਲੇ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਹੁਣ ਜਿਵੇਂ ਕਿ ਰੈਸਟੋਰੈਂਟ ਦੇ ਮਾਲਕ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ RCMP ਨੇ ਵੀ ਕਿਹਾ ਹੈ ਕਿ 250 762 3300 ਦੇ ਉੱਤੇ ਫੋਨ ਕਰਕੇ ਜਾਣਕਾਰੀ ਜ਼ਰੂਰ ਦਿੱਤੀ ਜਾਵੇ ਜੇਕਰ ਕਿਸੇ ਨੂੰ ਵੀ ਪਤਾ ਹੋਵੇ ਜੋ ਇਹ ਚੋਰੀ ਕੀਤਾ ਗਿਆ ਪੁੱਤਲਾ ਕਿਸ ਦੇ ਵੱਲੋਂ ਕੀਤਾ ਗਿਆ ਹੈ ਇਸ ਨਾਲ ਦੀ ਅਗਲੀ ਖਬਰ ਦੇ ਨਾਲ ਰੁਕ ਕਰਾਂਗੇ ਯੋਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਇੱਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ 10 ਸਾਲ ਦੀ ਬੱਚੀ ਨੇ ਦਮ ਤੋੜ ਦਿੱਤਾ ਬੁੱਧਵਾਰ ਦੀ ਦੁਪਹਿਰ ਨੂੰ ਥੌਰਨ ਹਿੱਲ ਖੇਤਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਮੂਲਨ ਡਰਾਈਵ ਦੇ ਉੱਤੇ ਸਟੀਲਸ ਐਵੇਨਿਊ ਵੈਸਟ ਤੇ ਬਾਥਰਸਟ ਸਟਰੀਟ ਦੇ ਖੇਤਰ ਵਿੱਚ ਸ਼ਾਮ ਨੂੰ 5:30 ਵਜੇ ਦੇ ਨੇੜੇ ਦਾ ਸਮਾਂ ਸੀ ਜਦੋਂ ਯੋਰਕ ਰੀਜਨਲ ਪੁਲਿਸ ਅਧਿਕਾਰੀਆਂ ਨੂੰ ਮੌਕੇ ਤੇ ਉੱਤੇ ਬੁਲਾਇਆ ਗਿਆ ਬੱਚੀ ਨੂੰ ਤੁਰੰਤ ਹਸਪਤਾਲ ਵੀ ਪਹੁੰਚਾਇਆ ਗਿਆ ਪਰ ਹਸਪਤਾਲ ਪਹੁੰਚ ਕੇ ਬੱਚੀ ਜਿਸ ਤੋਂ ਬਾਅਦ ਜਿਸ ਗੱਡੀ ਦੇ ਨਾਲ ਬੱਚੀ ਦੀ ਟੱਕਰ ਹੋਈ ਉਸ ਦਾ ਡਰਾਈਵਰ ਮੌਕੇ ਦੇ ਉੱਤੇ ਮੌਜੂਦ ਰਿਹਾ ਤੇ ਉਹ ਜਾਂਚ ਲਈ ਸਹਿਯੋਗ ਦੇ ਰਿਹਾ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਕਮਰਸ਼ੀਅਲ ਵਾਹਨ ਹੈ ਜਿਸ ਦੇ ਨਾਲ ਬੱਚੀ ਦੀ ਟੱਕਰ ਹੋਈ ਹੈ ਤਾਂ ਉੱਥੇ ਮੌਜੂਦ ਚਸ਼ਮਦੀਦਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੱਕ ਡਿਲੀਵਰੀ ਵੈਨ ਸੀ ਜਿਸ ਦੀ ਬੱਚੀ ਨਾਲ ਟੱਕਰ ਹੋ ਗਈ ਜਿਸ ਤੋਂ ਬਾਅਦ ਬੱਚੀ ਨੇ ਦਮ ਤੋੜ ਦਿੱਤਾ ਤੇ ਡਰਾਈਵਰ ਮੌਕੇ ਦੇ ਉੱਤੇ ਮੌਜੂਦ ਰਿਹਾ ਜਿਸ ਦੇ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਾਂਚ ਦੇ ਵਾਸਤੇ ਇਸ ਤਰ੍ਹਾਂ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਲਈ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਧਿਕਾਰੀਆਂ ਦੇ ਵੱਲੋਂ ਜਿਸ ਅਗੇ ਇਸ ਮਾਮਲੇ ਦੀ ਜਾਂਚ ਚੱਲਦੀ ਹੋਣ ਦਾ ਦਾਵਾ ਵੀ ਕੀਤਾ ਗਿਆ ਹੈ ਇੱਕ ਖਬਰ ਹੈ ਜੋ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅੱਜ ਤਾਜ਼ਾ ਐਲਾਨ ਕੀਤਾ ਗਿਆ ਹੈ ਜਿਸ ਦੇ ਵਿੱਚ ਜੋ ਖੇਤੀਬਾੜੀ ਕਾਮੇ ਨੇ ਉਹਨਾਂ ਵਾਸਤੇ ਛੇਤੀ ਐਕਸਪ੍ਰੈਸ ਐਂਟਰੀ ਦਾ ਡਰਾਅ ਆਸਤੱਕ ਦਾ ਹੈ ਜਿਸ ਬਾਰੇ ਇਹ ਐਲਾਨ ਕੀਤਾ ਗਿਆ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਐਲਾਨ ਕਰ ਦਿੱਤਾ ਹੈ ਜੋ ਖੇਤੀਬਾੜੀ ਦੇ ਕੰਮ ਵਿੱਚ ਪ੍ਰਵਾਸੀ ਕਾਮੇ ਨੇ ਉਹਨਾਂ ਦੇ ਲਈ ਇਸੇ ਹਫ਼ਤੇ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਜਾ ਰਿਹਾ ਹੈ ਮਈ 31 2023 ਨੂੰ ਐਕਸਪ੍ਰੈਸ ਐਂਟਰੀ ਦੇ ਖੇਤਾਂ ਤੇ ਆਧਾਰਿਤ ਡਰਾਅ ਕੱਢਣ ਦੇ ਬਾਰੇ ਐਲਾਨ ਕੀਤੇ ਗਏ ਸਨ ਤੇ ਹੁਣ ਖੇਤੀਬਾੜੀ ਦੇ ਕੰਮਿਆਂ ਦੇ ਲਈ ਡਰਾਅ ਕੱਢਿਆ ਜਾ ਰ ਖਿੱਤਿਆਂ ਦੇ ਲਈ ਐਕਸਪ੍ਰੈਸ ਸੈਂਟਰੀ ਦਾ ਕੈਟਾਗਰੀ ਤੇ ਆਧਾਰਿਤ ਡਰਾਅ ਕੱਢਿਆ ਜਾ ਰਿਹਾ ਹੈ ਇਸੇ ਹਫਤੇ ਜਿਸ ਦੇ ਵਿੱਚ ਕੰਟਰੈਕਟਰ ਤੇ ਸੁਪਰਵਾਈਜ਼ਰ ਲੈਂਡਸਕੇਪਿੰਗ ਗਰਾਊਂਡਸ ਮੇਨਟੇਨੈਂਸ ਤੇ ਹਾਰਟੀਕਲਚਰ ਸਰਵਿਸਿਜ਼ ਆਉਂਦੀਆਂ ਨੇ ਐਗਰੀਕਲਚਰਲ ਸਰਵਿਸ ਕੰਟਰੈਕਟਰ ਆਉਂਦੇ ਨੇ ਫਾਰਮ ਸੁਪਰਵਾਈਜ਼ਰ ਆਉਂਦੇ ਨੇ ਬੁੱਚੜ ਆਉਂਦੇ ਨੇ ਜਿਸ ਦੇ ਵਿੱਚ ਰੀਟੇਲ ਤੇ ਹੋਲ ਸੇਲ ਵਾਲੇ ਯਾਨੀ ਕਿ ਜਿਨ੍ਹਾਂ ਦੇ ਨੌਕ ਕੋਡ 82031 8203 63201 ਤੇ ਜੋ ਟਾਇਰ ਹੈ ਉਹ 2 ਤੇ 3 ਇਨਾਂ ਦੇ ਅਧੀਨ ਜਿਹੜੇ ਵੀ ਖੇਤੇ ਨੇ ਉਹਨਾਂ ਵਾਸਤੇ ਖਾਸ ਡਰਾਅ ਕੱਢਿਆ ਜਾਵੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਜੋ ਖੇਤੀਬਾੜੀ ਨਾਲ ਸੰਬੰਧਿਤ ਡਰਾਅ ਕੱਢਿਆ ਜਾਣਾ ਹੈ ਇਸ ਦੇ ਵਿੱਚ ਕਾਫੀ ਹੇਠਾਂ ਤੱਕ ਸੀਆਰਐਸ ਸਕੋਰ ਰਹਿ ਸਕਦਾ ਹੈ ਬਾਕੀ ਡਰਾਅ ਸਾਹਮਣੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਿਰ ਕਿੰਨੇ ਜਣਿਆਂ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਭੇਜੇ ਜਾਂਦੇ ਨੇ ਇਸ ਤਰ੍ਹਾਂ ਲਈ ਤੁਹਾਨੂੰ ਦੱਸ ਦਈਏ ਕਿ 27 ਸਤੰਬਰ ਨੂੰ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਵੀ ਹੈ ਜੋ ਕਿ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਫ੍ਰੈਂਚ ਭਾਸ਼ਾ ਵੀ ਆਉਂਦੀ ਹੈ ਤੇ ਫ੍ਰੈਂਚ ਭਾਸ਼ਾ ਦੇ ਵਿੱਚ ਯੋਗਤਾ ਨੂੰ ਪੂਰਾ ਕਰਦੇ ਨੇ ਜਿਸ ਦੇ ਵਿੱਚ ਜੋ ਅੱਜ ਇਹ ਐਕਸਪ੍ਰੈਸ ਐਂਟਰੀ ਦਾ ਡਰਾਅ ਕੱਢਿਆ ਗਿਆ ਉਸ ਦੇ ਵਿੱਚ 500 ਜਿਨ੍ਹਾਂ ਨੂੰ ਪੀਆਰ ਦੇ ਲਈ ਇਨਵੀਟੇਸ਼ਨ ਭੇਜੇ ਗਏ ਨੇ ਤੇ 772 ਤੱਕ ਕਟੋ-ਕਟ ਸੀਆਰ ਸਕੋਰ ਰਿਹਾ ਹੈ ਇਸ ਨਾਲ ਹੀ ਖਬਰਾਂ ਦੇ ਅਸਸ ਬਲਟਨ ਦੇ ਵਿੱਚ ਇੰਨਾ ਹੀ ਮੈਨੂੰ ਪੂਰਨਿਤ ਕਰਨ ਦੀ ਇਜਾਜ਼ਤ ਸੱਚਾ ਕਾਲ